ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਇਹ ਅਖੀਰਲਾ ਪ੍ਰਸੰਗ ਹੈ। ਯੋਗੀ ਅੱਲਾ ਯਾਰ ਖਾਂ ਲਿਖਦਾ ਗੁਰੂ ਗੋਬਿੰਦ ਸਿੰਘ ਜੀ ਬਾਰੇ ਕਿ ਸਬਰ ਸੇ ਹਰੇਕ ਕੜੀ ਤੂੰ ਨੇ ਉਠਾਈ, ਕਿ ਸਬਰ ਸੇ ਹਰੇਕ ਕੜੀ ਤੂੰ ਨੇ ਉਠਾਈ, ਕਿਸ ਸ਼ੁਕਰ ਸੇ ਹਰ ਚੋਟ ਕਲੇਜੀ ਪੇ ਹਖਾਈ, ਵਾਲਿਦ ਕੋ ਕਟਾਇਆ ਕਭੀ ਔਲਾਦ ਕਟਾਈ, ਕੀ ਫਕਰ ਮੇਂ ਫਾਕੇ ਮੇਂ ਹਜ਼ਾਰੋਂ ਸੇ ਲੜਾਈ। ਇੱਕੀ ਦਸੰਬਰ ਦੀ ਰਾਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਸਾਹਿਬਜ਼ਾਦਿਆਂ ਕੋਲ ਖੜ੍ਹੇ ਉਹਨਾਂ ਨੂੰ ਨਿਹਾਰ ਰਹੇ ਸੀ। ਅੱਲਾ ਯਾਰ ਖਾਂ ਲਿਖਦਾ ਮਾਸੂਮ ਹੋ ਮਜਲੂਮ ਹੋ ਦੁਨੀਆ ਸੇ ਭਲੇ ਹੋ, ਲਖਤੇ ਦਿਲ ਹੈ ਗੋਬਿੰਦ ਹੋ ਨਾਜੋ ਸੇ ਭਲੇ ਹੋ। ਬੜੇ ਤੁਸੀਂ ਨਾਜੁਕ ਹੋ, ਲਖਤੇ ਦਿਲ ਹੈ ਗੋਬਿੰਦ ਹੋ ਨਾਜੋ ਸੇ ਭਲੇ ਹੋ, ਦੁਨੀਆ ਹੋਈ ਅੰਧੇਰ ਜਬ ਆਂਖੋਂ ਸੇ ਟਲੇ ਹੋ, ਘਰ ਬਾਰ ਲੁਟਾ ਬਾਪ ਕਟਾ ਤੁਮ ਵੀ ਚਲੇ ਹੋ, ਬੱਚੇ ਇਸੀ ਹਾਲਤ ਮੇਂ ਅਭੀ ਸੋਏ ਪੜੇ ਥੇ, ਥਾਦੀ ਦੇ ਇੱਧਰ ਸਤਿਗੁਰੂ ਬਾਲੀ ਪੇ ਖੜੇ ਥੇ। ਗੁਰੂ ਗੋਬਿੰਦ ਸਿੰਘ ਜੀ ਬੱਚਿਆਂ ਨੂੰ ਨਿਹਾਰ ਰਹੇ ਸੀ, ਕੱਲ੍ਹ ਮੈਂ ਇਹਨਾਂ ਸਾਹਿਬਜ਼ਾਦਿਆਂ ਨੂੰ ਕੁਰਬਾਨ ਕਰਾਂਗਾ। ਇੱਕ ਪਾਸੇ ਕੱਚੀ ਗੜੀ ਵਿੱਚ 40 ਸਿੰਘ ਅਤੇ ਦੂਜੇ ਪਾਸੇ ਲੱਖਾਂ ਦੀ ਗਿਣਤੀ ਵਿੱਚ ਮੁਗਲ ਦੇ ਪਹਾੜੀ ਰਾਜੇ, ਇਸ ਦੀ ਮਿਸਾਲ ਦੁਨੀਆ ਵਿੱਚ ਕਿਤੇ ਨਹੀਂ ਮਿਲਦੀ। ਇੱਕ ਇੱਕ ਸਿੰਘ ਨੇ ਜਦੋਂ ਲੱਖਾਂ ਲੱਖਾਂ ਦਾ ਮੁਕਾਬਲਾ ਕੀਤਾ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸ਼ਾਹੀ ਸੈਨਾ ਦੇ ਸੈਨਾਪਤੀ ਨਾਰ ਖਾਂ ਨੂੰ ਮੌਤ ਦੀ ਨੀਂਦ ਸੁਆ ਦਿੱਤਾ। ਇਸ ਲੜਾਈ ਚਮਕੌਰ ਦੀ ਲੜਾਈ ਵਿੱਚ ਤਿੰਨ ਪਿਆਰੇ ਵੀ ਯੁੱਧ ਵਿੱਚ ਸ਼ਹੀਦ ਹੋ ਗਏ। ਜਦੋਂ 27 ਸਿੰਘ ਸ਼ਹੀਦ ਹੋ ਚੁੱਕੇ ਸੀ ਤਾਂ 28 ਜਦੋਂ 27 ਸਿੰਘ ਸ਼ਹੀਦ ਹੋ ਚੁੱਕੇ ਸੀ ਤਾਂ 18 ਸਾਲ ਦੇ ਅਜੀਤ ਨੇ ਯੁੱਧ ਵਿੱਚ ਜਾਣ ਦੀ ਆਗਿਆ। ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ, ਅੱਲਾ ਯਾਰ ਖਾਂ ਲਿਖਦਾ ਲੋ ਜਾਓ ਸਿਧਾਰੋ ਤੁਮੇ ਅੱਲਾ ਕੋ ਸੌਂਪਾ, ਮਰ ਜਾਓ ਜਾਂ ਮਾਰੋ ਤੁਮੇ ਅੱਲਾ ਕੋ ਸੌਂਪਾ, ਰੱਬ ਕੋ ਨਾ ਵਿਸਾਰੋ ਤੁਮੇ ਅੱਲਾ ਕੋ ਸੌਂਪਾ, ਸਿੱਖੀ ਕੋ ਉਭਾਰੋ ਤੁਮੇ ਅੱਲਾ ਕੋ ਸੌਂਪਾ, ਵਾਹਿਗੁਰੂ ਅਬ ਜੰਗ ਕੀ ਹਿੰਮਤ ਤੁਮੇ ਬਖਸ਼ੀ, ਪਿਆਸੇ ਹੋ ਬਹੁਤ ਜਾਮੀ ਸ਼ਹਾਦਤ ਤੁਮੇ ਬਖਸ਼ੀ, ਵਾਹਿਗੁਰੂ ਅਬ ਜੰਗ ਕੀ ਹਿੰਮਤ ਤੁਮੇ ਬਖਸ਼ੀ, ਪਿਆਸੇ ਹੋ ਬਹੁਤ ਜਾਮੀ ਸ਼ਹਾਦਤ ਤੁਮੇ ਬਖਸ਼ੀ। ਤਾਂ ਅਜੀਤ ਬਾਬਾ ਅਜੀਤ ਸਿੰਘ ਦੀ ਤਲਵਾਰ ਦੇ ਜੋਹਰ ਜੰਗ ਦੇ ਮੈਦਾਨ ਵਿੱਚ ਚੱਲ ਰਹੇ ਸਨ। ਇਸ ਵਾਕਿਆ ਨੂੰ ਅੱਲਾ ਯਾਰ ਖਾਂ ਲਿਖਦਾ ਉਸ ਹਾਥ ਮੇਂ ਥੇ ਬਾਜੂਏ ਗੋਬਿੰਦ ਕੇ ਕਸਬਲ, ਉਸ ਹਾਥ ਮੇਂ ਥੇ ਬਾਜੂਏ ਗੋਬਿੰਦ ਕੇ ਕਸਬਲ, ਫਿਰ ਜਲਦ ਕੀ ਤਲਵਾਰ ਸੇ ਥਰਾ ਗਿਆ ਜਲ ਥਲ, ਕਹਿੰਦੇ ਉਸ ਤਲਵਾਰ ਨਾਲ ਜਲ ਥਲ ਕੰਬਣ ਲੱਗ ਗਏ ਸੀ। ਜਿੰਦੋ ਕਾ ਤੋ ਕਿਆ ਜ਼ਿਕਰ ਹੈ, ਜਿੰਦੋ ਕੋ ਤੋ ਕਿਆ ਜ਼ਿਕਰ ਹੈ, ਮੁੜਦੇ ਹੋਏ ਬੇਕਲ, ਕਹਿੰਦੇ ਜਿਹੜੇ ਜਿੰਦੇ ਸੀਗੇ ਜਿਹੜੇ ਜ਼ਾਲਿਮ ਸੀਗੇ ਉਹਨਾਂ ਦਾ ਤਾਂ ਜ਼ਿਕਰ ਕੀ ਕਰੀਏ, ਕੰਬ ਰਹੇ ਸੀ ਉਹ, ਮੁਰਦੇ ਵੀ ਜਿਹੜੇ ਆ ਉਹ ਵੀ ਬੇਹਾਲ ਹੋ ਰਹੇ ਸੀ। ਸ਼ਮਸ਼ਾਨ ਮੇਂ ਥਾ ਸ਼ੋਰ ਮਜਾਰੋਂ ਮੇਂ ਥੇ ਹਲਚਲ, ਸ਼ਮਸ਼ਾਨ ਮੇਂ ਥਾ ਸ਼ੋਰ ਮਜਾਰੋਂ ਮੇਂ ਥੀ ਹਲਚਲ, ਤਲਵਾਰ ਸੀ ਤਲਵਾਰ ਥੀ, ਤਲਵਾਰ ਸੀ ਤਲਵਾਰ ਥੀ, ਕਿਆ ਜਾਣੀਏ ਕਿਆ ਥੀ, ਖੁੰਖਾਰ ਥੀ ਖੁੰਬਾਰ ਥੀ, ਆਫਤ ਥੀ ਬਲਾ ਥੀ। ਅੱਛੀ ਥੀ ਤਲਵਾਰ ਲੱਖਾਂ ਦੇ ਗਲੇ ਸਿਰ ਲਾ ਰਹੀ ਸੀ, ਥੀ ਆਪ ਯਾ ਫੌਲਾਦ ਪੇ, ਥੀ ਆਪ ਯਾ ਫੌਲਾਦ ਪੇ ਬਿਜਲੀ ਕੀ ਸਿਰ ਜਲਾ ਥੀ, ਥੀ ਆਪ ਯਾ ਫੌਲਾਦ ਪੇ ਬਿਜਲੀ ਕੀ ਜਲਾ ਥੀ, ਬਿਜਲੀ ਦੀ ਚਮਕ ਵਾਂਗੂ ਉਹ ਸਿਰ ਵੱਢ ਰਹੀ ਸੀ। ਯਮ ਰਾਜ ਕੀ ਅੰਮਾ ਥੀ ਉਹ ਸ਼ਮਸ਼ੀਰੇ ਕਜਾ ਥੀ, ਇਸ ਤਰ੍ਹਾਂ ਸ਼ਮਸ਼ੀਰ ਉਹਦੀ ਬਾਬਾ ਅਜੀਤ ਸਿੰਘ ਦੀ ਚਮਕ ਰਹੀ ਸੀ। ਔਰ ਲੜਾਈ ਦੇ ਵਿੱਚ ਯੁੱਧ ਦੇ ਮੈਦਾਨ ਦੇ ਵਿੱਚ ਵੈਰੀਆਂ ਦੇ ਆਹੂ ਲਾ ਰਹੀ ਸੀ। ਫਿਰ ਕੀ ਹੋਇਆ, ਅੱਲਾ ਯਾਰ ਖਾਂ ਲਿਖਦਾ ਦਿਲਬਰ ਨੇ ਤਲਵਾਰ ਸੇ ਤਸਲੀਮ ਬਜਾਈ, ਗਰਦਨ ਪਿਆ ਤਾਬ ਦਿਲਬਰ ਨੇ ਝੁਕਾਈ, ਇਸ ਵਕਫਾ ਮੇਂ ਫੌਜੇ ਸਿਤਮ ਆਰਾ ਉਮਡਾਈ,
ਸਤਮ ਆਰਾ ਜਾਲਿਮ, ਸਤਮ ਆਰਾ ਕਹਿੰਦੇ ਜਾਲਿਮ, ਤਿਉਰਾ ਕਹਿੰਦੇ ਆ ਪੌਂਟਰੀ ਖਾ ਕੇ। ਇਸ ਵਕਫਾ ਮੇ ਫੌਜੇ ਸਿਤਮ ਮਾਰਾ ਉਮੰਡਾਈ, ਪਰਚੀ ਕਿਸੀ ਬਦਬਖਤ ਨੇ ਪੀਛੇ ਸੇ ਲਗਾਈ, ਤਿਉਰਾ ਕੇ ਗਿਰੇ ਚੀਨ ਸੇ ਸਰਕਾਰ ਜਮੀ ਪਰ। ਤਾਂ ਬਾਬਾ ਅਜੀਤ ਸਿੰਘ ਜੀ ਜਿਵੇਂ ਤੇ ਡਿੱਗੇ, ਕਿਸੇ ਨੇ ਪਰਚੀ ਪਿੱਛੋਂ ਮਾਰੀ, ਉਹਨਾਂ ਧੁਣਾ ਦੇ ਰੂਹ ਖਲਤ ਗਈ, ਰੂਹ ਖੁਲਦ ਗਈ, ਜਿਹੜੀ ਰੂਹ ਸੀ ਉਹ ਪਰਮਾਤਮਾ ਕੋਲ, ਰੂਹ ਨੇ ਸਰੀਰ ਨੂੰ ਛੱਡਤਾ, ਰੂਹ ਖੁਲਦ ਗਈ ਔਰ ਤੰਨੇ ਚਾਰ ਜ਼ਮੀਨ ਪਰ, ਸਰੀਰ ਜ਼ਮੀਨ ਤੇ ਡਿੱਗਿਆ। ਅਤੇ ਇਹ ਵਾਕਿਆ, ਇਹ ਸੀਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਵਿਸ਼ਾਲ ਹਿਰਦੇ ਨਾਲ ਚੱਲ ਰਹੇ ਸੀ। ਬੇਟੋ ਕੋ ਸ਼ਹਾਦਤ ਮਿਲੀ ਦੇਖਾ ਜੋ ਪਿਦਰ ਨੇ, ਪਿਦਰ ਮਤਲਬ ਪਿਤਾ ਨੇ, ਤੂਫਾਨ ਪਪਾ ਕਮ ਸੇ ਕੀਆ ਦਿੱਤਾ ਏ ਤਰ ਨੇ, ਇੱਕ ਉਹਨਾਂ ਦੇ ਅੰਦਰ ਤੂਫਾਨ ਮਚਿਆ। ਇਸ ਵਕਤ ਕਹਾ, ਇਸ ਵਕਤ ਕੀ ਹੋਇਆ, ਬਾਬਾ ਜੁਝਾਰ ਸਿੰਘ ਜੀ ਕੋਲ ਖੜੇ ਸੀ। ਇਸ ਵਕਤ ਕਹਾ ਨੰਨੇ ਸੇ ਮਾਸੂਮ ਪਿਸਰ ਨੇ, ਪਿਸਰ ਕਹਿੰਦੇ ਸ਼ਾਹ ਸਾਹਿਬ ਜਾਂਦੇ ਨੇ। ਇਸ ਵਕਤ ਕਹਾ ਨੰਨੇ ਸੇ ਮਾਸੂਮ ਪਿਸਰ ਨੇ, ਮਾਸੂਮ ਜੇ ਜੁਝਾਰ ਸਿੰਘ ਨੇ ਕਿਹਾ, ਰੁਖਸਤ ਰੁਖਸਤ ਹਮੇ ਦਿਲਵਾਓ ਪਿਤਾ ਜਾਏਂਗੇ ਮਰਨੇ, ਰੁਖਸਤ ਹਮੇ ਦਿਲਵਾਓ ਪਿਤਾ ਜਾਏਂਗੇ ਮਰਨੇ, ਭਾਈ ਸੇ ਵਿਛੜ ਕਰ ਹਮੇ ਜੀਣਾ ਨਹੀਂ ਆਤਾ, ਸੋਨਾ ਨਹੀਂ ਖਾਣਾ ਨਹੀਂ ਪੀਣਾ ਨਹੀਂ ਆਤਾ, ਭਾਈ ਸੇ ਵਿਛੜ ਕਰ ਹਮੇ ਜੀਣਾ ਨਹੀਂ ਆਤਾ, ਸੋਨਾ ਨਹੀਂ ਖਾਣਾ ਨਹੀਂ ਪੀਣਾ ਨਹੀਂ ਆਤਾ। ਤੇ ਸ਼ੇਰ ਦੇ ਬੱਚੇ ਕਦੀ ਰੁਕਦੇ ਨਹੀਂ ਹੁੰਦੇ, ਕਿਉਂਕਿ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਸ਼ੇਰ ਸਨ। ਰੋਕੇ ਸੇ ਕਭੀ ਸ਼ੇਰ ਕਾ ਬੱਚਾ ਵੀ ਰੁਕਾ ਹੈ, ਰੋਕੇ ਸੇ ਕਭੀ ਸ਼ੇਰ ਕਾ ਬੱਚਾ ਵੀ ਰੁਕਾ ਹੈ, ਝੂਟੇ ਤੋਂ ਰੁਕੇ ਕਿਆ ਕੋਈ ਸੱਚਾ ਵੀ ਰੁਕਾ ਹੈ, ਕੋਈ ਸੱਚੇ ਬੰਦੇ ਕਦੀ ਰੁਕਦੇ ਨਹੀਂ ਹੁੰਦੇ। ਬੜਾਈ ਸੀ ਆਵਾਜ਼ ਤੇ ਬੋਲੇ ਗੁਰੂ ਗੋਬਿੰਦ, ਪਾਲਾ ਹੈ ਤੁਮੇ ਨਾਚ ਸੇ ਬੋਲੇ ਗੁਰੂ ਗੋਬਿੰਦ, ਰੋਕਾ ਨਹੀਂ ਆਗਾਜ ਸੇ ਬੋਲੇ ਗੁਰੂ ਗੋਬਿੰਦ। ਉਹਨਾਂ ਨੇ ਜੁਝਾਰ ਸਿੰਘ ਨੂੰ ਰੋਕਿਆ ਨਹੀਂ, ਤੂੰ ਜਾ ਸਕਦਾ ਲੜਾਈ ਦੇ ਮੈਦਾਨ ਵਿੱਚ, ਜੇ ਮੇਰੇ ਸਿੰਘ ਜਾ ਸਕਦੇ ਆ ਤੇ ਤੂੰ ਵੀ ਜਾ ਸਕਦਾ। ਉਸ ਨੰਨੇ ਸੇ ਜਾ ਬਾਂਜ ਸੇ, ਉਸ ਨੰਨੇ ਸੇ ਜਾ ਬਾਂਜ ਸੇ ਬੋਲੇ ਗੁਰੂ ਗੋਬਿੰਦ, ਲੋ ਆਓ ਤਨੇ ਪਾਕ ਪੇ ਹਥਿਆਰ ਸਜਾ ਦੇ, ਛੋਟੀ ਸੀ ਕਮਾ ਨੰਨੀ ਸੀ ਤਲਵਾਰ ਸਜਾ ਦੇ। ਆਪਣੇ ਹਥਿਆਰ ਲਿਆਓ, ਮੈਂ ਹਥਿਆਰ ਅੱਜ ਖੁਦ ਤੁਹਾਡੇ ਤੇ ਸਜਾਊਂਗਾ। ਛੋਟੀ ਜਿਹੀ ਕਿਰਪਾਨ ਲੈ ਕੇ ਆਓ, ਇੱਕ ਤਲਵਾਰ ਲੈ ਕੇ ਆਓ ਥੋੜ੍ਹੀ ਛੋਟੀ ਹੋਏ ਸਾਈਜ਼ ਵਿੱਚ, ਅਤੇ ਹਥਿਆਰ ਲਿਆਓ। ਹਮ ਦੇਤੇ ਹੈ ਖੰਜਰ ਉਸੇ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਿਰ ਉਹਨਾਂ ਨੂੰ ਬਾਬਾ ਜੁਝਾਰ ਸਿੰਘ ਨੂੰ ਸਮਝਾ ਰਹੇ ਸਨ। ਹਮ ਦੇਤੇ ਹੈ ਖੰਜਰ ਉਸੇ ਤੀਰ ਸਮਝਣਾ, ਨੇਜੇ ਕੀ ਜਗ੍ਹਾ ਦਾਦਾ ਕਾ ਤੁਮ ਤੀਰ ਸਮਝਣਾ, ਜਿਤਨੇ ਮਰੇ ਉਸੇ ਉਹਨੇ ਬੇਪੀਰ ਸਮਝਣਾ, ਜ਼ਖਮ ਆਏ ਤੋ ਹੋਣਾ ਨਹੀਂ ਦਿਲਗੀਰ ਸਮਝਣਾ, ਜੇ ਜ਼ਖਮ ਹੀ ਲੱਗਦਾ ਤਾਂ ਦਿਲਗੀਰ ਨਾ ਹੋਣਾ, ਜ਼ਖਮ ਆਏ ਤੋ ਹੋਣਾ ਨਹੀਂ ਦਿਲਗੀਰ ਸਮਝਣਾ, ਜਬ ਤੀਰ ਕਲੇਜੇ ਮੇ ਲਗੇ ਸੀ ਨਹੀਂ ਕਰਨਾ, ਸੀ ਨਹੀਂ ਕਰਨਾ, ਉਫ ਮੋਜ਼ੇ ਮੇਰੀ ਜਾਨ ਕਭੀ ਵੀ ਨਹੀਂ ਕਰਨਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਾਬਾ ਜੁਝਾਰ ਸਿੰਘ ਦੇ ਅੰਦਰ ਵੀਰ ਰਸ ਭਰਿਆ ਤੇ ਇਹ ਸਿੱਖਿਆ ਦੇ ਕੇ ਤੋੜਿਆ। ਜਬ ਫਤਿਹ ਗੁਜ਼ਾਰ ਗਏ, ਜਬ ਫਤਿਹ ਗੁਜ਼ਾਰ ਗਏ ਜੁਝਾਰ ਤੇ ਰਨ ਮੇ, ਹਰ ਸ਼ੇਰ ਬਗੇਲਾ ਨਜ਼ਰ ਆਨੇ ਲਗਾ ਬਨ ਮੇ। ਜਿਹੜੇ ਲੜਾਈ ਵਿੱਚ ਆਪਣੇ ਆਪ ਤੀਸ ਮਾਰਕਾਂ ਸਮਝਦੇ ਸੀ ਉਹ ਵੀ ਭੱਜ ਗਏ। ਨੰਨੀ ਸੀ ਕਜਾ ਬੋਲੀ ਮੈਂ ਆਈ ਹੂੰ ਸ਼ਰਨ ਮੇ, ਦਿਲਵਾਓ ਅੰਮਾ ਗੋਸਾਏ ਦਾਮਾਨ ਕੇ ਕਫਨ ਮੇ। ਅੰਮਾ ਕਹਿੰਦੀ ਸ਼ਰਨ ਨੂੰ, ਤਾਂ ਜੁਝਾਰ ਸਿੰਘ ਨੇ ਕਿਹਾ ਮੈਂ ਵੀ
ਤਾਤੀ ਨੂੰ ਧਰਤੀ ਮਾਂ ਵੱਲ ਦੇਖਿਆ ਤਾਂ ਬਾਬਾ ਜੁਝਾਰ ਸਿੰਘ ਨੇ ਧਰਤੀ ਮਾਂ ਵੱਲ ਵੇਖਿਆ ਕਿ ਇਹੀ ਮੇਰਾ ਕਫਨ ਹੋਊਗਾ। ਦਿਲਵਾਓ ਅਮਾ ਗੋਸਾਏ ਦਾ ਮਾਂ ਨਹੀਂ ਕਫਨ ਮੇਂ, ਮੈਂ ਜਿਸਕੇ ਹੂੰ ਕਬਜੇ ਮੇਂ ਉਹ ਕਾਬੂ ਮੇਂ ਹੈ ਤੇਰੇ, ਕੁਰਿਆਈ ਕਪਲ ਨੰਨੇ ਸੇ ਬਾਜੂ ਮੇਂ ਹੈ ਤੇਰੇ, ਸਾਹਿਬਜ਼ਾਦੇ ਕੇ ਹਰਬੇ ਸੇ ਸੁਜਾਓ ਜਰੀਹਾਰੇ। ਹਰਬੇ ਕਹਿੰਦੇ ਹਥਿਆਰ, ਸੁਜਾ ਕਹਿੰਦੇ ਸੁਜਾਓ ਜਰੀ, ਮਤਲਬ ਬਾਤ ਉੱਤੇ ਦਿਲਾਵਰ ਬੰਦੇ ਜਿਹੜੇ ਸੀ ਉਹ ਵੀ ਬਾਬਾ ਜੁਝਾਰ ਸਿੰਘ ਦੇ ਅੱਗੇ, ਬਾਬਾ ਜੁਝਾਰ ਸਿੰਘ ਦੇ ਅੱਗੇ ਟਿਕਣਾ ਸਕੇ। ਜੀਦਾਰੋਂ ਕੇ ਜੀ ਛੁੱਟ ਗਏ, ਜੀਦਾਰੋਂ ਕੇ ਜੀ ਛੁੱਟ ਗਏ, ਸਭ ਕਵੀ ਹਾਰੇ। ਕਵੀਆਂ ਕੋਲ ਇਸ ਯੁੱਧ ਲਈ ਲਿਖਣ ਲਈ ਹਰਫ ਅਕਸ਼ਰ ਦੀ ਘਾਟ ਹੋ ਗਈ, ਉਹ ਲਿਖੀ ਨਹੀਂ ਸਨ ਸਕਦੇ ਵੀ ਕਿਹੋ ਜਿਹਾ ਯੁੱਧ ਸੀ। ਜਿਸ ਵਿੱਚ ਇੱਕ ਮਾਸੂਮ ਦੀ ਤਲਵਾਰ ਸੀ, ਜਿਸ ਵਿੱਚ ਇੱਕ ਮਾਸੂਮ ਸਾਹਿਬਜ਼ਾਦਾ ਦੀ ਤਲਵਾਰ ਸੀ, ਅਤੇ ਚੌਹੀ ਪਾਸੀ ਦੁਸ਼ਮਣ ਦੇ ਤੀਰਾਂ ਨੇ, ਖੰਜਰਾਂ ਨੇ, ਤਲਵਾਰਾਂ ਨੇ ਘੇਰਿਆ ਹੋਇਆ ਸੀ ਉਸਨੂੰ। ਮਾਸੂਮ ਸੇ ਵੋ ਬਾਜੀ ਸਭੀ ਲਸ਼ਕਰੀ ਹਾਰੇ, ਕਹਿੰਦੇ ਕਿ ਉਸ ਲਸ਼ਕਰ ਨੂੰ ਹਾਰ ਨਜ਼ਰ ਆ ਰਹੀ ਸੀ ਮਾਸੂਮ ਦੇ ਸਾਹਮਣੇ ਵੀ। ਕਮਜ਼ੋਰ ਸੇ ਨਿਰਬਲ ਸੇ ਹਜ਼ਾਰੋਂ ਬਲੀ ਹਾਰੇ, ਉਹ ਮਾਸੂਮ ਤੋਂ ਹਜ਼ਾਰਾਂ ਬੰਦੇ ਹਾਰ ਰਹੇ ਸੀ, ਪਰ ਕੀ ਹੋਇਆ ਮੈਦਾਨ ਮੇਂ ਜਬ ਭਾਈ ਕੀ ਲਾਸ਼ਾ ਨਜ਼ਰ ਆਇਆ, ਉਹਨੇ ਬਾਬਾ ਜੁਝਾਰ ਸਿੰਘ ਨੇ ਜਦੋਂ ਬਾਬਾ ਅਜੀਤ ਸਿੰਘ ਦੀ ਲਾਸ਼ ਨੂੰ ਦੇਖਿਆ, ਘੋੜੇ ਸੇ ਵੋ ਮਾਸੂਮ ਦਿਲਾਵਰ ਉੱਤਰ ਆਇਆ, ਤਾਂ ਬਾਬਾ ਜੁਝਾਰ ਸਿੰਘ ਨੇ ਘੋੜੇ ਤੋਂ ਚੱਲਿਆ। ਸਰਗੋਦ ਮੇਂ ਲੇਕਰ ਕਹਾ ਭਾਈ ਸੇ ਬੋਲੇ, ਸਰਗੋਦ ਮੇਂ ਲੇਕਰ ਕਹਾ ਭਾਈ ਸੇ ਬੋਲੇ, ਇਸ ਖੁਆਬੇ ਗਿਰਾ ਸੇ ਕਹੀਂ ਹੁਸ਼ਿਆਰ ਤੋ ਹੋ ਲੋ, ਇਸ ਖੁਆਬੇ ਗਿਰਾ ਸੇ ਕਹੀਂ ਹੁਸ਼ਿਆਰ ਤੋ ਹੋ ਲੋ, ਹਮ ਕੌਣ ਹੈ ਦੇਖੋ ਤੋ ਜਰਾ ਆਂਖ ਤੋ ਖੋਲੋ। ਹਮ ਕੌਣ ਹੈ ਦੇਖੋ ਤੋ ਜਰਾ ਆਂਖ ਤੋ ਖੋਲੋ, ਸੋਨੇ ਕੀ ਠਾਨੀ ਹੈ ਨਾ, ਸੋਨੇ ਕੀ ਠਾਨੀ ਹੈ ਅਗਰ ਮਿਲ ਕੇ ਤੂੰ ਸੋ ਲੋ। ਕਿ ਮੈਂ ਵੀ ਆ ਗਿਆ, ਹੁਣ ਅਸੀਂ ਇਕੱਠੇ ਸੋਵਾਂਗੇ, ਜੇ ਤੁਹਾਨੂੰ, ਉਹਨਾਂ ਨੇ ਅਜੀਤ ਸਿੰਘ ਨੂੰ ਕਿਹਾ, ਜੇ ਸੋਣਾ ਚੰਗਾ ਲੱਗਦਾ ਤੇ ਆਪਾਂ ਇਕੱਠੇ ਮਿਲ ਕੇ ਸੋ ਲੈਂਦੇ ਹਾਂ। ਭਾਈ ਭਾਈ ਤੁਮੇ ਜਬ ਗੰਜੇ ਸ਼ਹੀਦਾਂ ਕੀ ਜਮੀ ਹੈ, ਠਾਨੀ ਹੋਈ ਹਮਨੇ ਵੀ, ਭਾਈ ਤੁਮੇ ਜਬ ਗੰਜੇ ਸ਼ਹੀਦਾਂ ਕੀ ਜਮੀ ਹੈ, ਇਹ ਮੇਰੇ ਭਰਾਤਾ ਤੁਹਾਨੂੰ ਇਹ ਜਮੀ ਚੰਗੀ ਲੱਗ ਰਹੀ ਹੈ, ਠਾਨੀ ਹੋਈ ਹਮਨੇ ਵੀ ਬਸੇਰੇ ਕੀ ਯਹੀ ਹੈ, ਤਾਂ ਮੈਂ ਵੀ ਠਾਨ, ਮੈਂ ਵੀ ਹੁਣ ਸੋਚ ਲਿਆ ਕਿ ਮੈਂ ਮੇਰਾ ਬਸੇਰਾ ਵੀ ਇੱਥੇ ਹੋ, ਤੇ ਮੈਂ ਵੀ ਠਾਨ ਲਿਆ ਕਿ ਮੇਰਾ ਬਸੇਰਾ ਵੀ ਇਸੀ ਜ਼ਮੀਨ ਤੇ ਇੱਥੇ ਹੀ ਹੈ। ਇਤਨੇ ਮੇਂ ਖਦੰਗ ਕੋ, ਇਤਨੇ ਮੇਂ ਖਦੰਗ ਆ ਗਏ ਹਾਏ ਜਿਗਰ ਮੇਂ, ਇਤਨੇ ਮੇਂ ਖਦੰਗ ਆ ਕੇ ਲਗਾ, ਇਤਨੇ ਮੇਂ ਖਦੰਗ ਆ ਕੇ ਲਗਾ ਹੈ ਜਿਗਰ ਮੇਂ। ਖਦੰਗ ਕਹਿੰਦੇ ਤੀਰ, ਤੀਰ ਉਹਨਾਂ ਦੇ ਕਲੇਚੇ ਤੇ ਲੱਗਿਆ, ਤਾਂ ਤੀਰ ਕਲੇਚੇ ਮੇਂ ਜਾਂ ਕਾਂਟਾ ਗੁਲੇਦਰ ਮੇਂ, ਕਹਿੰਦੇ ਜਿਵੇਂ ਗੁਲਾਬ ਨੂੰ ਕੰਡਾ ਚੁੱਪ ਗਿਆ ਹੋਵੇ, ਜਿਵੇਂ ਕਿਸੇ ਗੁਲਾਬ ਨੂੰ ਕੰਡਾ ਚੁੱਪ ਗਿਆ ਹੋਵੇ। ਤਾਰੀਖ
तारीख जमाना हुआ सतगुरु की नजर में ता जड़ा समासी ओहो जड़ा समासी ओहो गुरु महाराज गुरु गोबिंद सिंह के सामने आके खड़ा हो गया। तूफान उठा खा कुड़ी, तूफान उठा खा कुड़ी, बहर में भर में कहते तूफान उठा, एक हनेरी आई मिट्टी दी हनेरी, त्योरा के गिरा लगते जिगर, ता बाबा जुजा सिंह जी पोंटियां खा के डिग गए, लगते जिगर क्या गुजरी है इस वक्त, क्या गुजरी है इस वक्त कहूं क्या मैं पिदर पर पिदर, क्या गुजरी है इस वक्त कहूं क्या मैं पिदर पर पिदर, कहते हैं पिता थे, पिता थे कि गुजरी होगी ये अल्लाह या कहां लिखता। वैसे गुरु महाराज गुरु गोबिंद सिंह जी की आत्मिक अवस्था बहुत ऊंची सी, उन्होंने उन्होंने ये सारा एक बाणा सी बाणे विच सब वड्डे साहबजादियां की शहीदी का वाक्य अल्लाह यार खां ने बाखूबी लिखा। बस एक हिंद में तीरथ है यात्रा के लिए, कि असी बड़ी यात्रावां ते जाते हैं पर अल्लाह यार खां की कहता बस एक हिंद में तीरथ है यात्रा के लिए, कटाए बाप ने बच्चे जहां खुदा के लिए, महाराज ने अपने बच्चे कुर्बान कर दिए परमात्मा वास्ते। मजिंद्र नाटक विच गुरु गोबिंद सिंह जी महाराज लिखते हैं मैं हूं परम पुरख को दासा, देखन आयो जगत तमाशा, मेरे लिए तमाशा है, परम पुरख परमात्मा ने मैनु भेजा होया मैं उहदा दास, मैं हूं परम पुरख को दासा, देखन आयो जगत तमाशा। हाँ तुसी एक गलत गल नहीं करना, कोई भी इंसान परमात्मा नहीं हो सकता, मैं भी उन्होंने कहा कि मैं भी परमात्मा नहीं हाँ, मैं उहदा दास हाँ। ते नाल उन्होंने सानू सुचेत किया मोको परमेश्वर जो उचरै, जिहड़ा मैनू परमेश्वर कहूगा ते सब नरक कुंड में जाए, वह नरक कुंड ही जाएंगे, मैं भी परमेश्वर नहीं, मैं हूं परम पुरख को दासा, देखन आयो जगत तमाशा। मेरा कोट कोट पढ़ना है साहबजादा उन्होंने शहीदी थी, कोटन कोट प्रमाण है ते कोटन कोट कॉटन कोट पर नाम है श्री गुरु गोबिंद सिंह जी महाराज के चरण, जिन्होंने ते कॉटन कोट पर नाम है श्री गुरु गोबिंद सिंह जी महाराज।